ਮਾਲਵੇ ਦੀ ਧਰਤੀ ਤੋਂ ਅੱਜ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ। ਸਾਡੇ ਨਾਲ ਮੌਜੂਦ ਨੇ MLA ਕੁਲਬੀਰ ਜੀਰਾ ਜੀ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ, ਅੱਜ ਕਿੰਨੀਆਂ ਸੀਟਾਂ 13 ਸੀਟਾਂ ਦਾ ਦਾਅਵਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ? ਅੱਜ ਸ਼੍ਰੀ ਰਾਹੁਲ ਗਾਂਧੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜੋ ਇੱਥੇ ਰੈਲੀ ਹੋਈ ਮੋਗਾ ਦੇ ਵਿੱਚ, ਤਾਂ ਮੈਂ ਗੱਲ ਕਹਿੰਦਾ ਕਿ ਜੋ ਲੋਕਾਂ ਦਾ ਇਕੱਠ ਵੇਖਣ ਨੂੰ ਔਰ ਲੋਕਾਂ ਦਾ ਜੋ ਪਿਆਰ ਵੇਖਣ ਨੂੰ ਮਿਲਿਆ ਕਿ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਲੈ ਕੇ ਜਾਵੇਗੀ ਪੰਜਾਬ ਦੇ ਵਿੱਚੋਂ। ਅਤੇ ਲਗਾਤਾਰ ਕਾਂਗਰਸ ਦੇ ਜਿਹੜੇ ਵਾਅਦੇ ਸੀਗੇ ਉਹਨਾਂ ਨੂੰ ਲੈ ਕੇ ਵਿਪਕਸ਼ੀ ਦਲ ਓਬਜੈਕਸ਼ਨ ਚੱਕ ਰਿਹਾ ਕਿ ਇੱਕ ਵੀ ਵਾਅਦਾ ਕਾਂਗਰਸ ਸਰਕਾਰ ਨੇ 2 ਸਾਲ ਦੇ ਵਿੱਚ ਹਾਲੇ ਤੱਕ ਪੂਰਾ ਨਹੀਂ ਕੀਤਾ, ਚਾਹੇ ਕਿਸਾਨ ਕਰਜ਼ਾ ਮਾਫੀ ਹੋਵੇ, ਚਾਹੇ ਘਰ ਘਰ ਰੋਜ਼ਗਾਰ ਹੋਵੇ, ਚਾਹੇ ਸਮਾਰਟਫੋਨ ਦਾ ਵਾਅਦਾ ਹੋਵੇ। ਗੱਲ ਇਹ ਹੈ ਕਿ ਜਿਹੜੇ ਵੀ ਲੋਕ ਇਹ ਬੋਲਦੇ, ਇਹਨਾਂ ਕੋਲ ਚੰਦ ਬੰਦੇ ਨੇ, ਜਿਵੇਂ ਬਿਕਰਮਜੀਤ ਮਜੀਠੀਆ ਹੋ ਗਿਆ, ਉਹਨੂੰ ਬੜਾ ਸ਼ੌਂਕ ਆ ਬੋਲਣ ਦਾ। ਉਹ ਕਹਿੰਦਾ ਕਰਜ਼ਾ ਨਹੀਂ ਮਾਫ਼ ਹੋਇਆ, ਮੈਂ ਬਿਕਰਮਜੀਤ ਮਜੀਠੀਆ ਨੂੰ ਕਹਿੰਦਾ ਤੂੰ ਆਪਦੇ ਮਜੀਠੇ ਹਲਕੇ 'ਚ ਜਾ ਕੇ ਵੇਖ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ। ਔਰ 3.5 ਲੱਖ ਕਿਸਾਨ ਨੇ ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਔਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ 3.5 ਲੱਖ ਕਿਸਾਨਾਂ ਜਿਨ੍ਹਾਂ ਦਾ ਕਰਜ਼ਾ ਮਾਫ਼ ਹੋ ਚੁੱਕਾ ਹੈ। ਰਫੇਲ ਡੀਲ ਦੀ ਗੱਲ ਕੀਤੀ ਆ ਰੈਲੀ ਦੇ ਵਿੱਚ, ਵਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ਦੇ ਟਵੀਟ ਦੇ ਉੱਤੇ ਲਗਾਤਾਰ ਅਟੈਕ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਅਗਲੀ ਵਾਰ ਜਦੋਂ ਵੀ ਸਰਜੀਕਲ ਸਟ੍ਰਾਈਕ ਹੋਗੀ ਨਵਜੋਤ ਸਿੰਘ ਸਿੱਧੂ ਨੂੰ ਜਹਾਜ਼ ਦੇ ਨਾਲ ਬੰਨ ਕੇ ਲੈ ਜਾਂਗੇ, ਉਹ ਖੁਦ ਗਿਣ ਕਿ ਕਿੰਨੇ ਵਰਿਕਸ ਤਬਾਹ ਹੋਏ ਨੇ ਅਤੇ ਕਿੰਨੇ ਆਤਕੀ ਠਿਕਾਣੇ ਤਬਾਹ ਹੋਏ ਨੇ। ਜਿਹੜਾ ਬਿਕਰਮਜੀਤ ਮਜੀਠੀਆ ਹੈ ਉਹ ਪੰਜਾਬ ਦੀ ਗੱਲ ਕਦੀ ਨਹੀਂ ਕਰਦਾ, ਉਹ ਜਦੋਂ ਵੀ ਗੱਲ ਕਰਦਾ ਅੰਗਰੇਜ਼ਾਂ ਵਾਲੀ ਕਰਦਾ, ਕਿਉਂਕਿ ਉਹਦੇ ਵਿੱਚ ਅੰਗਰੇਜ਼ਾਂ ਦਾ ਖੂਨ ਦੌੜਦਾ। ਇਸ ਕਰਕੇ ਮੈਂ ਕਹਿੰਦਾ ਉਹਨੂੰ DNA ਟੈਸਟ ਕਰਾਉਣਾ ਚਾਹੀਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਉਹ ਲੀਡਰ ਆ, ਇੱਕ ਪਾਕ ਅਤੇ ਪਵਿੱਤਰ, ਜਿਹਨੇ ਅੱਜ ਬਾਬਾ ਨਾਨਕ ਦੀ ਧਰਤੀ ਜੋ ਸਾਡੀ, ਜਿਹਨੂੰ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਾਂ ਕੋਰੀਡੋਰ ਜਿਹੜਾ ਖੁੱਲ੍ਹਾ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਵੱਡਾ ਹੱਥ ਆ। ਔਰ ਇਹੋ ਜਿਹੜੇ ਨੇ ਬਿਕਰਮਜੀਤ ਮਜੀਠੀਆ ਵਰਗੇ, ਇਹ ਤਾਂ ਉਹਦੇ ਪੈਰ ਦੀ ਧੂੜ ਵਰਗੇ ਵੀ ਹੈ ਨਹੀਂ। ਤੁਸੀਂ ਪਿਛਲੇ ਦਿਨਾਂ ਵਿੱਚ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ, ਅੱਜ ਮਜੀਠੀਆ ਦਾ DNA ਟੈਸਟ ਕਰਵਾਉਣ ਦੀ ਮੰਗ ਕੀਤੀ ਹੈ, ਕੀ ਕਾਰਨ ਕੀ ਹੈ? ਕਾਰਨ ਕੀ ਹੈ ਕਿ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ। ਜਿਹੜਾ ਸੁਖਬੀਰ ਬਾਦਲ ਦਾ ਮੈਂ ਕਿਹਾ ਸੀਗਾ ਕਿ ਉਹਦਾ ਡੋਪ ਟੈਸਟ ਹੋਣਾ ਚਾਹੀਦਾ, ਕਿਉਂਕਿ ਉਹਨੇ ਮੈਨੂੰ ਨਸ਼ੇੜੀ ਕਿਹਾ, ਮੈਂ ਪਾਸ ਹੋ ਗਿਆ, ਉਹ ਭੱਜ ਗਿਆ, ਅਤੇ ਮੈਂ ਕਹਿੰਦਾ ਕਿ ਇਹ ਦੋਵੇਂ ਜਿਹੜੇ ਸਾਲਾ ਭਣਵਈਆ ਨੇ, ਇਹ ਸਾਲੇ ਭਣਵਈਏ ਨੇ ਜਿਹੜਾ ਪੰਜਾਬ ਜਿਹੜਾ ਉਹ ਡੋਬ ਕੇ ਰੱਖ ਦਿੱਤਾ। ਔਰ ਅੱਜ ਉਸ ਪੰਜਾਬ ਨੂੰ ਜੇ ਅਸੀਂ ਫਿਰ ਪਹਿਲੇ ਨੰਬਰ 'ਤੇ ਲੈ ਕੇ ਆ ਰਹੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਲੈ ਕੇ ਆ ਰਹੇ ਨੇ, ਔਰ ਰਾਹੁਲ ਗਾਂਧੀ ਜੀ ਦੀ ਸਾਰੀ ਦੀ ਸਾਰੀ ਸਮੁੱਚੀ ਟੀਮ ਲੈ ਕੇ ਆ ਰਹੀ ਹੈ। ਇਹੋ ਜਿਹੜੇ ਢੋਂਗੀ ਲੀਡਰ ਨੇ, ਜਿਹੜੇ ਸਿਰਫ TV ਅੱਗੇ ਆਉਣਾ ਜਾਣਦੇ ਨੇ, ਜਿਨ੍ਹਾਂ ਦਾ ਪਿਛੋਕੜ ਜਿਹੜਾ ਤੁਸੀਂ ਜਾਣਦੇ, ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਾਂਡ ਹੋਇਆ ਤਾਂ ਉਦੋਂ ਜਨਰਲ ਡਾਇਰ ਨੇ ਇਹਨਾਂ ਦੇ ਘਰੇ ਰੋਟੀ ਖਾਧੀ ਔਰ ਸਾਹਿਬ ਬਹਾਦਰ ਦਾ ਜਿਹੜਾ ਖਿਤਾਬ ਆ ਉਹ ਇਹਨਾਂ ਨੂੰ ਮਿਲਿਆ। ਮੈਂ ਤਾਂ ਕਰਕੇ ਕਹਿੰਦਾ ਕਿ ਇਹਨਾਂ ਦਾ DNA ਟੈਸਟ ਹੋਣਾ ਚਾਹੀਦਾ। ਜੀ ਬਿਲਕੁਲ, ਇਸ ਗਿਆ ਕੁਲਬੀਰ ਜੀ ਦਾ, ਜਿਨ੍ਹਾਂ ਨੇ ਅੱਜ ਵੱਡਾ ਚੈਲੰਜ ਵਿਕਰਮ ਮਜੀਠੀਆ ਨੂੰ ਕੀਤਾ ਅਤੇ ਉਹਨਾਂ ਦੇ DNA ਟੈਸਟ ਤੱਕ ਦੀ ਮੰਗ ਕਰ ਦਿੱਤੀ ਹੈ। ਕੁੱਲ ਮਿਲਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਅੱਗੇ ਵਧੂੰਗੀਆਂ, ਹੋਰ ਇਸ ਤਰ੍ਹਾਂ ਦੇ ਬਿਆਨਬਾਜ਼ੀ ਸਾਹਮਣੇ ਦੇਖਣ ਨੂੰ ਮਿਲਦੀ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾ, ਦੈਨਿਕ ਸਵੇਰਾ, TV ਮੋਗਾ।